ਪੰਨੂ ਨਾ ਸੇਖਾ ਉਹ ਸਿਰੇ ਬੋਧੀ ਰੱਖੀ ਹੋਈ ਆ, ਉਹ ਸਿੱਖੀ ਦੇ ਲਾਇਕ ਨੀ ਉਹ। ਇੱਥੇ ਕਨੋਪੀ ਲਓ ਪਹਿਲਾਂ ਤਾਂ, ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਆਪਾਂ ਇੰਨਾ ਕੁਛ ਲੈ ਲਿਆ। ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ਤੇ ਖਾਲਿਸਤਾਨੀ ਨਾਰੇ ਲਿਖੇ ਗਏ ਨੇ, ਜਿਸ ਤੋਂ ਬਾਅਦ ਗੁਰਸਿਮਰਨ ਮੰਡ ਨੇ ਬੇਅੰਤ ਸਿੰਘ ਦੇ ਬੁੱਤ ਨੂੰ ਦੁੱਧ ਨਾਲ ਧੋਤਾ ਹੈ। ਦੱਸ ਦਈਏ ਕਿ ਦੁਰਾਹਾ ਦੇ ਵਿੱਚ ਤਤਕਾਲੀਨ ਮੁੱਖ ਮੰਤਰੀ ਬੇਅੰਤ ਸਿੰਘ ਦਾ ਬੁੱਤ ਲੱਗਿਆ ਹੋਇਆ ਹੈ, ਜਿਸ ਤੇ ਸਿੱਖਸ ਫਾਰ ਜਸਟਿਸ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਕਿ ਅਸੀਂ ਖਾਲਿਸਤਾਨੀ ਨਾਰੇ ਲਿਖੇ ਨੇ ਤੇ ਕੁਝ ਇਤਰਾਜ਼ਯੋਗ ਸ਼ਬਦਾਵਲੀ ਵੀ ਇੱਥੇ ਲਿਖੀ ਗਈ ਹੈ। ਜਿਸ ਤੋਂ ਬਾਅਦ ਜਦੋਂ ਇਸ ਦਾ ਪਤਾ ਗੁਰਸਿਮਰਨ ਸਿੰਘ ਮੰਡ ਨੂੰ ਲੱਗਦਾ ਹੈ ਤਾਂ ਉਹ ਦੁਰਾਹੇ ਪਹੁੰਚਦੇ ਨੇ ਆਪਣੇ ਸਾਥੀਆਂ ਦੇ ਨਾਲ ਅਤੇ ਬੇਅੰਤ ਸਿੰਘ ਦੇ ਬੁੱਤ ਨੂੰ ਦੁੱਧ ਨਾਲ ਧੋਂਦੇ ਨੇ। ਤਸਵੀਰਾਂ ਸਾਹਮਣੇ ਆਈਆਂ ਨੇ। ਦੱਸ ਦਈਏ ਕਿ ਖੰਨਾ ਦੇ ਦੁਰਾਹਾ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਿਖੇ ਗਏ, ਸਿੱਖਸ ਫਾਰ ਜਸਟਿਸ ਦੇ ਨਾਰੇ ਲਿਖੇ ਗਏ ਤੇ ਇਹ ਨਾਰੇ ਤਤਕਾਲੀਨ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ਤੇ ਲਿਖੇ ਗਏ ਨੇ। ਦੁਰਾਹਾ ਦੇ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਤੋਂ ਬਿਨਾਂ ਸਾਬਕਾ ਸੀਐਮ ਬੇਅੰਤ ਸਿੰਘ ਦੇ ਬੁੱਤ ਤੇ ਵੀ ਇਹ ਨਾਰੇ ਲਿਖੇ ਗਏ ਨੇ ਤਾਂ ਸਿੱਖਸ ਫਾਰ ਜਸਟਿਸ ਦੇ ਵੱਲੋਂ ਇਹ ਜ਼ਿੰਮੇਵਾਰੀ ਲਈ ਗਈ ਹੈ। ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਇਹ ਵੀਡੀਓ ਵੀ ਜਾਰੀ ਕੀਤੀ ਗਈ ਹੈ, ਜਿਸ ਤੋਂ ਬਾਅਦ ਗੁਰਸਿਮਰਨ ਸਿੰਘ ਮੰਡ ਦੁਰਾਹਾ ਪਹੁੰਚੇ ਤੇ ਉਹਨਾਂ ਨੇ ਬੇਅੰਤ ਸਿੰਘ ਦੇ ਬੁੱਤ ਨੂੰ ਦੁੱਧ ਨਾਲ ਧੋਤਾ ਤੇ ਇਸ ਦੌਰਾਨ ਗੁਰਸਿਮਰਨ ਸਿੰਘ ਮੰਡ ਗੁਰਪਤਵੰਤ ਸਿੰਘ ਪੰਨੂ ਤੇ ਵੀ ਭੜਕਦੇ ਨਜ਼ਰ ਆਏ ਨੇ। ਤੁਹਾਡੇ ਯਾਦ ਹੋਵੇ ਕਿ ਇਸ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਵੀ ਇੱਕ ਬੁੱਤ ਤੇ ਕਾਲਖ ਪੋਤ ਦਿੱਤੀ ਗਈ ਸੀ ਤੇ ਉਦੋਂ ਗੁਰਸਿਮਰਨ ਸਿੰਘ ਮੰਡ ਨੇ ਆਪਣੀ ਪੱਗ ਦੇ ਨਾਲ ਉਹ ਕਾਲਖ ਨੂੰ ਸਾਫ਼ ਕੀਤਾ ਸੀ ਤੇ ਉਦੋਂ ਤੋਂ ਲਗਾਤਾਰ ਗੁਰਸਿਮਰਨ ਸਿੰਘ ਮੰਡ ਵਿਵਾਦਾਂ ਦੇ ਵਿੱਚ ਹੀ ਰਹਿੰਦੇ ਨੇ ਤੇ ਹੁਣ ਇੱਕ ਵਾਰ ਫਿਰ ਗੁਰਸਿਮਰਨ ਸਿੰਘ ਮੰਡ ਨੇ ਬੇਅੰਤ ਸਿੰਘ ਦੇ ਬੁੱਤ ਨੂੰ ਦੁੱਧ ਨਾਲ ਧੋਤਾ ਹੈ ਤੇ ਗੁਰਪਤਵੰਤ ਸਿੰਘ ਪੰਨੂ ਨੂੰ ਚੈਲੰਜ ਕੀਤਾ ਹੈ। ਅੱਜ ਇੱਕ ਗੁਰਪਤਵੰਤ ਪੰਨੂ ਨੇ ਵੀਡੀਓ ਪਾਈ ਆ, 10 ਵਜੇ ਮੈਂ ਦੇਖੀ ਆ, ਤਿਆਰ ਹੋਇਆ ਉਦੋਂ ਬਾਅਦ ਫਟਾਫਟ ਦੁਰਾਹੇ ਆਇਆ। ਮੁੱਖ ਮੰਤਰੀ ਸਾਹਿਬ ਬੇਅੰਤ ਸਿੰਘ ਜੀ ਦੇ ਪ੍ਰਤੀ ਅਪਸ਼ਬਦ ਲਿਖੇ ਗਏ, ਬੱਸ ਅੱਡੇ ਲਿਖੇ ਗਏ ਤੇ ਰੇਲਵੇ ਸਟੇਸ਼ਨ ਦੇ ਲਿਖੇ ਗਏ। ਮੈਂ ਮੁੱਖ ਮੰਤਰੀ ਸਾਹਿਬ ਬੇਅੰਤ ਸਿੰਘ ਜੀ ਦੇ ਨਾਲ ਅੱਜ ਵੀ ਕੱਲ੍ਹ ਵੀ ਪਰਸੋਂ ਵੀ ਸ਼ਹੀਦ ਨੇ, ਸਾਨੂੰ ਸ਼ਾਂਤੀ ਲੈ ਕੇ ਆਪ ਚਲੇ ਗਏ ਨੇ। ਅਸੀਂ ਮੁੱਖ ਮੰਤਰੀ ਸਾਹਿਬ ਦੀ ਸੋਚ ਤੇ ਪਹਿਰਾ ਦੇਣਾ, ਪਹਿਰਾ ਹਮੇਸ਼ਾ ਦਿੰਦੇ ਰਹਾਂਗੇ, ਲੇਕਿਨ ਜਿਹੜਾ ਅੱਤਵਾਦੀ ਪੰਨੂ ਆ, ਮੈਂ ਉਹਨੂੰ ਕਹਿਣਾ ਚਾਹੁੰਦਾ, ਤੇਰੇ ਘਰੇ 2 ਵਾਰ ਤਿਰੰਗਾ ਝੰਡਾ ਲਾ ਕੇ ਆਇਆ ਤਾਂ ਉਹਨੂੰ ਮੈਂ ਉਦੋਂ ਵੀ ਤਾੜਨਾ ਕੀਤੀ ਸੀ, ਬਈ ਤੂੰ ਦੁਬਾਰਾ ਬਕਵਾਸ ਨਹੀਂ ਕਰਨਾ ਸਾਡੇ ਪੰਜਾਬ ਬਾਰੇ। ਕਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੂੰ ਕਹਿੰਦਾ 15 ਅਗਸਤ ਨੂੰ ਤਿਰੰਗਾ ਝੰਡਾ ਨਹੀਂ ਲਹਿਰਾਉਣ ਦਊਂਗਾ, ਉਹਦੀ ਕੀ ਜ਼ਰੂਰਤ ਆ ਜੀ? ਦੱਸੋ ਜੀ, ਪੰਨੂ ਨਾ ਸੇਖਾ ਉਹ ਸਿਰੇ ਬੋਧੀ ਰੱਖੀ ਹੋਈ ਆ, ਉਹ ਸਿੱਖੀ ਦੇ ਲਾਇਕ ਨਹੀਂ ਉਹ। ਲੇਕਿਨ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਕਹੂੰਗਾ, ਇਹਨਾਂ ਦੇ ਦੇਸ਼ ਧਰੋਹ ਦਾ ਪਰਚਾ ਦਿਓ, UAPA ਦੇ ਐਕਟ ਦੇ ਤਹਿਤ ਪਰਚਾ ਦਿਓ। ਅਸੀਂ ਇੱਥੇ ਅੱਜ ਧਰਨਾ ਲਾ ਕੇ ਬੈਠਾਂਗੇ ਜਿੰਨਾ ਚਿਰ ਬੰਦੇ ਫੜੇ ਨਹੀਂ ਜਾਂਦੇ, ਜਿੰਨਾ ਚਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਹੀਂ ਹੁੰਦਾ। ਲੇਕਿਨ ਮੈਂ ਤੁਹਾਡੇ ਸਾਹਮਣੇ ਕਹਿਣਾ ਚਾਹੁੰਦਾ, ਨਾ ਖਾਲਿਸਤਾਨ ਕਦੇ ਬਣਿਆ, ਨਾ ਕਦੇ ਬਣਿਆ, ਨਾ ਬਣੇਗਾ। ਜੇ ਬਣੇਗਾ ਤਾਂ ਪਾਕਿਸਤਾਨ ਜਾ ਕੇ ਬਣੂਗਾ, ਇੱਥੇ ਨਹੀਂ ਸਾਨੂੰ ਲੋੜ। ਸਾਡੇ ਸਾਰੇ ਹਿੰਦੂ, ਮੁਸਲਿਮ, ਸਿੱਖ, ਇਸਾਈ, ਜੈਨੀ, ਬੋਧੀ ਸਾਰੇ ਅਸੀਂ ਭਰਾ ਹਾਂ। ਲੇਕਿਨ ਇਹ ਸਾਡੇ ਪੰਜਾਬ ਨੂੰ ਤੋੜਨ ਦੀਆਂ ਗੱਲਾਂ ਕਰਦਾ, ਅਸੀਂ ਜੋੜਨ ਦੀਆਂ ਗੱਲਾਂ ਕਰਦੇ ਹਾਂ, ਇਹ ਤੋੜਨ ਦੀਆਂ ਗੱਲਾਂ ਕਰਦਾ। ਅੱਜ ਤੁਸੀਂ ਤਾਂ ਪੁੱਜੇ ਹੋ ਜਿੱਥੇ ਕਿ ਬੇਅੰਤ ਸਿੰਘ ਦਾ ਪਰਿਵਾਰ ਜਾਂ ਹੋਰ ਇੱਥੇ ਕੋਈ ਆਇਆ ਹੁਣ ਤੱਕ? ਦੇਖੋ ਜੀ, ਸਾਨੂੰ ਸਾਡੇ ਦਿਲ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਨੇ, ਨਾ ਅਸੀਂ MLA ਲੈਣੀ ਆ, ਨਾ ਮੰਤਰੀ ਲੈਣਾ, ਨਾ ਅਸੀਂ MP ਲੈਣੀ ਆ। ਅਸੀਂ ਦਿਲੋਂ ਦਰਦ ਆ ਸਾਨੂੰ, ਅਸੀਂ ਦੇਸ਼ ਲਈ ਖੜੇ ਹਾਂ। ਜਿਹੜਾ ਗੋਲੀ ਨਾਲ ਚਾਹੇ ਫੌਜੀ ਜਵਾਨ ਸ਼ਹੀਦ ਹੋ ਰਿਹਾ, ਚਾਹੇ ਬੰਬ ਨਾਲ ਫੌਜੀ ਜਵਾਨ ਸ਼ਹੀਦ ਹੋ ਰਿਹਾ, ਚਾਹੇ ਨੇਤਾ ਮੁੱਖ ਮੰਤਰੀ ਸਾਹਿਬ ਸ਼ਹੀਦ ਹੋ ਰਿਹਾ, ਚਾਹੇ ਕੋਈ ਵਿਅਕਤੀ, ਅਸੀਂ ਉਹਦੇ ਨਾਲ ਪਰਿਵਾਰ ਨਾਲ ਮੋਢਾ ਲੈ ਖੜਾਂਗੇ। ਲੇਕਿਨ ਮੈਂ ਲੱਖੇ ਪਹਿਲ ਨੂੰ ਵੀ ਕਹੂੰਗਾ, ਆਹ ਦੇਖੋ ਬੁੱਤ ਕਿੰਨਾ ਗੰਦਾ ਵਾ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਹਲਕਾ ਪੈਣ ਦੇ ਕਹਾਉਣ ਵਾਲੇ ਸਾਬਕਾ ਵਿਧਾਇਕ ਤੇ ਬੰਤ ਸਿੰਘ ਦਵਰਜੀ ਕਮੇਟੀ ਪ੍ਰਧਾਨ ਸਾਬਕਾ ਕਹਿਣ ਵਾਲੇ, ਮੈਂ ਕਹੂੰਗਾ ਵੀ ਤੁਸੀਂ ਨੇੜੇ ਬੈਠੇ ਹੋ,
ਤੁਸੀਂ ਮੁੱਖ ਮੰਤਰੀ ਸਾਹਿਬ ਬੇਅੰਤ ਸਿੰਘ ਦੇ ਨਾਂ ਤੇ ਰੋਟੀਆਂ ਕਮਾ ਰਹੇ ਹੋ, ਲੇਕਿਨ ਮੁੱਖ ਮੰਤਰੀ ਸਾਹਿਬ ਸਾਡੇ ਦਿਲ 'ਚ ਵੀ ਨਹੀਂ ਹੈਗਾ। ਮੈਂ ਸਰ ਰਵਨੀਤ ਸਿੰਘ ਬਿੱਟੂ ਜੀ ਮੈਂਬਰ ਪਾਰਲੀਮੈਂਟ ਤਾਜੇ ਤਾਜੇ ਰਾਜ ਸਭਾ ਬਣੇ ਨੇ ਔਰ ਕੇਂਦਰੀ ਮੰਤਰੀ ਬਣੇ ਨੇ, ਉਹਨਾਂ ਨੂੰ ਕਹੂੰਗਾ ਇੱਥੇ ਕਨੋਪੀ ਲਾਓ ਪਹਿਲਾਂ ਤਾਂ, ਆਪਣੇ ਖਾਤੇ 'ਚ ਲਾ ਦਿਓ ਤਾਂ ਕਿ ਛੱਤਰੀ ਬਣੇ, ਕੋਈ ਇੱਥੇ ਬਿੱਠ ਨਾ ਕਰੇ ਜਾਨਵਰ। ਮੁੱਖ ਮੰਤਰੀ ਸਾਹਿਬ ਦੇ ਨਾਂ 'ਤੇ ਆਪਾਂ ਇੰਨਾ ਕੁਛ ਲੈ ਲਿਆ, ਲੇਕਿਨ ਸਤਿਕਾਰ ਕਰਨਾ ਜ਼ਰੂਰੀ ਆ। ਇਹ ਸਾਰੇ ਰਹਿੰਦੀ ਦੁਨੀਆ ਤੱਕ ਮੁੱਖ ਮੰਤਰੀ ਸਾਹਿਬ ਬੇਅੰਤ ਸਿੰਘ ਦੇ ਨਾਂ ਰਹਿਣਾ ਚਾਹੀਦਾ ਵਾ, ਉੱਪਰ ਛੱਤਰੀ ਬਣੀ ਹੋਣੀ ਚਾਹੀਦੀ ਆ, ਸਫਾਈ ਹੋਣੀ ਚਾਹੀਦੀ ਆ, ਨਹੀਂ ਸਾਡੀ ਡਿਊਟੀ ਲਾ ਦਿਓ ਅਸੀਂ ਹਰ ਮਹੀਨੇ ਆ ਕੇ। ਤੋ ਧੰਨਵਾਦ ਕਰੀਏ, ਅਸੀਂ ਧਰਨਾ ਦੇ ਰਹੇ ਹਾਂ, UAP ਐਕਟ ਦੇ ਤਹਿਤ ਪਰਚਾ ਦਰਜ ਹੋਵੇ ਬੰਦੇ ਫੜੇ ਜਾਣ ਬਸ।